ਕੇ ਜੇ ਇੱਧਰ ਸਮਝ ਲਓ ਅਸੀਂ ਕਾਰਗਰ ਦੀ ਬਹੁਤ ਹੀ ਸਤਿਕਾਰਯੋਗ ਲੰਗਰ ਸਾਡੀ ਸਮੂਹ ਕਾਂਗਰਸ ਪਾਰਟੀ ਤੇ ਪਹੁੰਚੀ ਆ। ਦੇਖ ਕੇ ਬਹੁਤ ਹੀ ਜ਼ਿਆਦਾ ਮਨ ਸਾਰਿਆਂ ਲਈ ਉਹ ਸ੍ਰੀਮਾਨ ਦੇਣ ਲਈ। ਅੱਜ ਅਸੀਂ ਪਿੰਡ ਮੌਜਾ ਮਜ਼ਾਰਾ ਵਿਖੇ ਸਾਡੀ ਕਾਂਗਰਸ ਦੀ ਸਾਰੀ ਟੀਮ ਪਹੁੰਚੀ ਆ ਔਰ ਅਸੀਂ ਯੂਥ ਦਾ ਇੱਕ SC ਪ੍ਰਧਾਨ ਲਾਇਆ ਮੁੰਡਾ ਨਵਦੀਪ ਸਿੰਘ ਨਵੂ ਅਤੇ ਅਸੀਂ ਜਿਹੜੇ ਇੱਥੇ ਪਹੁੰਚੇ ਹਾਂ ਸਾਨੂੰ ਇੰਨੀ ਆਸ ਨਹੀਂ ਸੀ ਲੇਕਿਨ ਉਹਨੇ ਜੋ ਕੁਛ ਕਰਕੇ ਦਿਖਾ ਲਿਆ ਪਹਿਲੀ ਮੀਟਿੰਗ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਦੇਖ ਕੇ ਹੈਰਾਨ ਰਹਿ ਗਈ। ਮੇਰਾ ਖਿਆਲ 500 ਤੋਂ ਲੈ ਕੇ 700 ਤੱਕ ਮੁੰਡਾ ਉਹਨੇ ਇਕੱਠਾ ਕੀਤਾ ਔਰ ਐਡਾ ਵੱਡਾ ਖਰਥਾ ਮਾਰਦਾ ਇਕੱਠ ਇਹ ਮੁੰਡੇ ਦੀ ਅਗਵਾਈ ਭਰਦਾ ਆ ਕਿ ਸਾਡੀ ਕਾਂਗਰਸ ਪਾਰਟੀ ਦਾ ਇਹ ਨਾਂ ਉੱਚਾ ਕਰੂਗਾ ਔਰ ਇੰਨਾ ਯੂਥ ਜਿਹੜਾ ਆ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਜਿਹੜਾ ਇੱਕ ਬੱਚੇ ਨੇ ਇੱਕ ਫੋਨ ਦੇ ਉੱਤੇ ਇਕੱਠਾ ਕੀਤਾ ਔਰ ਯੂਥ ਜਿਹੜਾ ਆ ਇਹ ਕਾਂਗਰਸ ਦੀ ਰੀੜ੍ਹ ਦੀ ਹੱਡੀ ਆ ਔਰ ਜਿਹੜਾ ਯੂਥ ਸਾਡੇ ਨਾਲ ਮੁੰਡੇ ਦਾ ਮੋਹਰਾ ਲਾ ਕੇ ਚੱਲੂਗਾ ਅਤੇ ਸਾਡਾ ਹਲਕਾ ਚੰਡੀਆਲ ਦੇ ਵਿੱਚ ਜਿਹੜੀ ਵਾਈ ਇਲੈਕਸ਼ਨ ਆ ਰਹੀ ਆ ਅਸੀਂ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤਾਂਗੇ। ਅਸੀਂ ਯੂਥ ਦੇ ਪ੍ਰਧਾਨ ਜਿਹੜੇ ਆ ਅਸੀਂ 5 ਯੂਥ ਦੇ ਪ੍ਰਧਾਨ ਲਾਏ ਆ ਬਾਕੀ ਅਸੀਂ ਜਿਹੜੇ 15 ਯੂਥ ਦੇ ਪ੍ਰਧਾਨ ਜਿਹੜੇ ਆ ਉਹ ਦਸਾਂ ਪਿੰਡਾਂ ਦੇ ਜਿਹੜੇ ਉਹ ਲਾ ਰਹੇ ਆ ਅਤੇ ਜਿਹੜੇ ਸਾਡੇ ਨਾਲ ਅੱਗੇ ਮੋਢੇ ਦਾ ਮੋਢਾ ਲਾ ਕੇ ਚੱਲ ਰਹੇ ਆ। ਅਸੀਂ ਇੱਦਾਂ ਦੀਆਂ ਮੀਟਿੰਗਾਂ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਯੂਥ ਦੇ ਪ੍ਰਧਾਨ ਲਾਏ ਆ ਉਹਨਾਂ ਤੋਂ ਕਰਾਵਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਉਹ ਬੁਲੰਦੀਆਂ 'ਤੇ ਜਾਏਗੀ ਔਰ ਜਿਹੜੀ ਇਹ ਵਾਈ ਇਲੈਕਸ਼ਨ ਆ ਰਹੀ ਆ ਅਸੀਂ ਭਾਰੀ ਬਹੁਮਤ ਦੇ ਨਾਲ ਜਿੱਤਾਂਗੇ। ਅਸੀਂ ਇਹ ਸੀਟ ਜਿੱਤ ਕੇ ਰਾਜੇ ਬੜਿੰਗ ਦੀ ਝੋਲੀ 'ਚ ਪਾਵਾਂਗੇ ਹਾਈ ਕਮਾਂਡ ਨੂੰ। ਪਰਿਵਾਰ ਕਾਂਗਰਸ ਦੇ ਪੁਰਾਣੇ ਸੀਗੇ ਚਲੇ ਗਏ ਸੀ ਡਾਕਟਰ ਰਾਜ ਦੇ ਨਾਲ, ਕੀ ਉਹ ਵਾਪਸ ਆਉਣਗੇ? ਦੇਖੋ ਜਿਹੜੇ ਕਾਂਗਰਸ ਪਾਰਟੀ ਦੇ ਪੁਰਾਣੇ ਛੱਡ ਕੇ ਗਏ ਆ ਜੇ ਉਹ ਆਉਣਾ ਚਾਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਵੈਲਕਮ ਕਰਦੇ ਹਾਂ। ਪਰ ਹੁਣ ਜਿਹੜੇ ਜਿੰਨੇ ਵੀ ਗਏ ਸੀ ਉਹ ਵਾਪਸ ਆ ਰਹੇ ਆ, ਪਹਿਲਾਂ ਸਥਿਤੀ ਕੁਛ ਹੋਰ ਸੀ, ਹੁਣ ਸਾਡੀ ਜਿਹੜੀ MP ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਾਡੇ ਪੰਜਾਬ ਦੇ ਅੰਦਰ ਰਾਜਾ ਬੜਿੰਗ ਅਤੇ ਬਾਜਵਾ ਸਾਹਿਬ ਦੀ ਰਹਿਨਮਾਈ ਦੇ ਅੰਦਰ ਜਿਹੜੀ ਹੋਈ ਆ ਅਸੀਂ 7 ਸੀਟਾਂ ਜਿਹੜੀਆਂ ਪੰਜਾਬ ਦੇ ਅੰਦਰ ਲਈਆਂ ਔਰ 8ਵੀਂ ਸੀਟ ਜਿਹੜੀ ਉਹ ਚੰਡੀਗੜ੍ਹ ਦੀ ਲਈ ਆ ਔਰ ਪੰਜਾਬ ਦੇ ਅੰਦਰ ਹੁਣ ਕਾਂਗਰਸ ਦਾ ਇੱਕ ਬੋਲਬਾਲਾ ਹੋ ਗਿਆ। ਆਉਣ ਵਾਲੇ ਟਾਈਮ ਦੇ ਵਿੱਚ 27 ਦੇ ਵਿੱਚ ਸਾਡੀ ਕਾਂਗਰਸ ਦੀ ਸਰਕਾਰ ਭਾਰੀ ਬਹੁਮਤ ਦੇ ਨਾਲ ਔਰ ਇਹ ਜਿਹੜੇ ਲੋਕੀਆਂ ਫੜਾ ਮਾਰਨ ਵਾਲੀ ਸਰਕਾਰ ਆ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਕੁਛ ਨਹੀਂ ਦਿੱਤਾ ਔਰ ਇਹਨਾਂ ਦਾ ਆਉਣ ਵਾਲੇ 27 ਦੇ ਵਿੱਚ ਜ਼ਮਾਨਤਾਂ ਵੀ ਜ਼ਬਤ ਕਰ ਦੇਣਗੇ। ਤੁਹਾਨੂੰ ਪਤਾ ਜਿਹੜੀ 2 ਮਹੀਨੇ ਤੱਕ ਹਲਕਾ ਚੱਲ ਰਿਹਾ ਜਿਮਨੀ ਦੀ ਚੋਣਾਂ, ਉਹਦੇ ਵਿੱਚ ਸਾਨੂੰ ਜਿਹੜੀ ਜੋਤ ਦੀ ਬਹੁਤ ਭਾਰੀ ਲੋੜ ਆ ਅਤੇ ਸਾਨੂੰ ਪਾਰਟੀ ਨੇ ਹੁਕਮ ਲਾਇਆ ਵੀ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਹਲਕੇ ਵਿੱਚ ਜੂਸ ਜੋੜ ਸਕਦੇ ਹੋ ਜੋੜੋ ਅਤੇ ਜਿੰਨੇ ਵੀ ਵੱਧ ਤੋਂ ਵੱਧ ਪ੍ਰਧਾਨ ਬਣਦੇ ਜੋਤ ਦੇ ਬਣਾਓ ਅਤੇ ਨਵਦੀਪ ਸਿੰਘ ਸਾਡਾ ਭਰਾ ਜਿਹੜਾ ਮੌਜੂ ਮਜ਼ਾਰਾ ਤੋਂ ਅਸੀਂ ਅੱਜ ਬਲੋਕ ਦਾ ਪ੍ਰੈਜੀਡੈਂਟ ਬਣਾਇਆ ਤਾਂ ਜੋ ਸਾਨੂੰ
ਹਲਕਾ ਚੱਬੜ ਜਿਹੜੀ ਜਿਮਨੀ ਚੋਣ ਹੋਣੀ ਆ ਉਹਦੇ ਵਿੱਚ ਜਿਹੜਾ ਸਾਡਾ ਭਰਾ ਵੱਧ ਤੋਂ ਵੱਧ ਸਾਥ ਦਊਗਾ ਅਤੇ ਸਾਨੂੰ ਯੂਥ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਲੋੜ ਆ ਅਤੇ ਹੁਣ ਤਾਂ ਜਿਹੜੇ ਹੋਰ ਵੀ ਸਾਡੇ ਪ੍ਰਧਾਨ ਲੱਗਣੇ ਨਵੀਂ ਭਰਾ ਦੀ ਮਦਦ ਨਾਲ ਆਪਾਂ ਜਿੰਨੇ ਵੀ ਪ੍ਰਧਾਨ ਲੱਗਦੇ ਆਪਾਂ ਇਹਦੇ ਥਰੂ ਲਵਾਵਾਂਗੇ। ਧੰਨਵਾਦ। ਸਾਡੀ ਅੱਜ ਕਾਂਗਰਸ ਟੀਮ ਮੌਜੂ ਮਜ਼ਾਰੇ ਪਹੁੰਚੀ ਹੈ ਜੀ। ਸਾਡੇ ਜੋ ਕਿ ਯੂਥ ਦੇ ਬਲਾਕ ਪ੍ਰੈਜ਼ੀਡੈਂਟ ਲਗਾਏ ਆ ਨਵਦੀਪ ਸਿੰਘ ਨਵੂ ਭਾਜੀ ਹੁਣੀ ਅਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਨੂੰ ਵੀ ਸਰਕਲ ਪ੍ਰਧਾਨ ਅੱਜ ਚੁਣਿਆ ਜੋ ਕਿ ਕੁਲਵਿੰਦਰ ਸਿੰਘ ਸੂਲਪੁਰੀ ਦੀ ਰਹਿਮ ਆਈ ਹੇਠ ਹੋ ਰਿਹਾ ਹੈ ਜੀ ਸਾਰਾ ਕੁਛ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਪ੍ਰੀਤ ਸਿੰਘ ਚੌਧਰੀ ਜੋ ਕਿ ਸਾਬਕਾ ਐਮ ਐਲ ਏ ਰਾਮ ਰਤਨ ਸਿੰਘ ਜੀ ਦੇ ਪੋਤੇ ਆ ਜੀ, ਉਹਨਾਂ ਦਾ ਵੀ ਬਹੁਤ ਧੰਨਵਾਦ। ਸਾਨੂੰ ਇੰਨੇ ਜੋ ਕਿ ਇਹਨਾਂ ਨੇ ਸਮਝਿਆ ਸਾਡੀ ਹਰੇਕ ਜਗ੍ਹਾ ਸੁਣਵਾਈ ਹੋਊਗੀ ਜੀ। ਧੰਨਵਾਦ ਸਾਰਿਆਂ ਦਾ। ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਕੀ ਤੁਹਾਡੇ ਪਿੰਡ ਕਿਹੜਾ ਜੀ? ਪਿੰਡ ਮੌਜੂਦਾ ਜੀ। ਹਾਂਜੀ, ਤੁਹਾਨੂੰ ਅੱਜ ਪ੍ਰਧਾਨ ਲਾਇਆ ਜੀ। ਸਾਡੀ ਸਾਰੀ ਟੀਮ ਕਾਂਗਰਸ ਪਾਰਟੀ ਨੂੰ ਪਹੁੰਚੀ ਆ, ਸਾਡੇ ਸਾਰੇ ਸਾਧੂ ਆ, ਸਾਡੇ ਗੁਰਪ੍ਰੀਤ ਸਿੰਘ ਚੌਧਰੀ ਸਾਹਿਬ, ਅਤੇ ਉਹਨਾਂ ਨੇ ਮੈਨੂੰ ਬਲਾਕ ਦਾ ਪ੍ਰਧਾਨ ਲਾਇਆ ਜੀ। ਉਹਨਾਂ ਪ੍ਰਧਾਨ ਹੋਣ ਦੇ ਬਹੁਤ ਬਹੁਤ ਧੰਨਵਾਦ ਜੀ।